ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਦਾ ਪੰਜਾਬ ਲੈ ਆਤਮਾ ਦਾ ਪਰਮਾਤਮਾ ਦੇ ਕਰ ਸਿਮਰਨ ਰਾਹੀਂ ਹੀ ਪਹੁੰਚਣਾ ਹੁੰਦਾ ਹੈ ਸਿਮਰਨ ਰਸਤੇ ਦੇ ਪੰਜ ਵਿਕਾਰਾਂ ਨੂੰ ਲਿਤਾੜ ਕੇ ਸਾਡੀ ਯਾਤਰਾ ਨੂੰ ਸੁਹਾਣੀ ਤੇ ਸੁਖਾਲੀ ਕਰਦਾ ਹੈ ਇਹ ਪੰਜ ਵਿਕਾਰ ਹਨ ਕਾਮ, ਕ੍ਰੋਧ, ਲੋਭ, ਮੋਹ ਤੇ ਹੰਕਾਰ ਜੋਂ-ਜੋ ਸਿਮਰਨ ਪੱਕਦਾ ਜਾਏਗਾ ਇਨ੍ਹਾਂ ਵਿਕਾਰਾਂ ਤੇ ਕਾਬੂ ਆਉਂਦਾ ਜਾਏਗਾ ਪੂਰਾ ਕਾਬੂ ਨਾਮ ਹੀ ਹੋਵੇ ਤਾਂ ਹੀ ਮਹਿਸੂਸ ਹੋਏਗਾ ਕਿ ਇਹਨਾਂ ਵਿਕਾਰਾਂ ਦੀ ਸ਼ਕਤੀ ਕਮਜ਼ੋਰ ਪੈ ਰਹੀ ਹੈ। ਪੈਰ ਉਖੇੜ ਰਹੇ ਹਨ ਤੇ ਉਹ ਤੁਹਾਡੇ ਅੱਗੇ ਆਪਣੇ ਹੱਥ ਖੜੇ ਕਰ ਦੇਣਗੇ। ਉਹ ਤੁਹਾਡੀ ਮਲਕੀਅਤ ਕਬੂਲਣ ਤੇ ਹੁਕਮ ਮੰਨਣ ਨੂੰ ਰਾਜ਼ੀ ਹਨ। ਹੁਣ ਗੁੱਸਾ ਤੁਹਾਡੀ ਮਰਜ਼ੀ ਬਗੈਰ ਨਹੀਂ ਆ ਸਕਦਾ। ਕਾਮਨਾਵਾਂ ਤੁਹਾਨੂੰ ਪੁੱਛੇ ਬਗੈਰ ਨਹੀਂ ਜਾਗ ਸਕਦੀਆਂ। ਹੰਕਾਰ ਕੋਸ਼ਿਸ਼ ਕਰਕੇ ਵੀ ਸਿਰ ਨਹੀਂ ਚੁੱਕ ਸਕਦਾ। ਦੁਨੀਆ ਉਸੇ ਤੋਰੀ ਤੋਰੇ ਤੋਰੀ ਜਾਰੀ ਹੈ। ਦੁੱਖ ਸੁੱਖ ਉਹਨਾਂ ਹੀ ਆਉਂਦੇ ਨੇ ਤੁਸੀਂ ਉਦਾਂ ਹੀ ਮਿਲਦੇ ਵਰਤਦੇ ਹੋ ਪਰ ਤੁਹਾਡੇ ਅੰਦਰ ਕੁਝ ਬਦਲ ਗਿਆ ਹੁਣ ਵਕਤ ਦੀ ਧੁੱਪ ਛਾਂ ਤੁਹਾਡੇ ਤੇ ਕੋਈ ਅਸਰ ਨਹੀਂ ਛੱਡਦੀ ਕਿਉਂਕਿ ਤੁਹਾਨੂੰ ਸਿਮਰਨ ਦਾ ਫਲ ਤੇ ਬਲ ਮਿਲ ਗਿਆ ਸਿਮਰਨ ਦੀ ਜਿਹੜੀ ਜੋ ਵੀ ਵਿਗਿਆਨਿਕ ਵਿਧੀ ਹੈ ਉਹ ਤੁਹਾਨੂੰ ਦੱਸ ਰਹੀ ਸਿਰਫ ਇੱਕ ਸਾਲ ਲਈ ਕਰ ਲੋ ਲਗਨ ਨਾਲ ਪ੍ਰੇਮ ਨਾਲ ਨੇਮ ਨਾਲ ਫਲ ਜ਼ਰੂਰ ਮਿਲੇਗਾ ਵਾਹਿਗੁਰੂ ਦੀ ਕਿਰਪਾ ਜ਼ਰੂਰ ਹੋਵੇਗੀ ਇੱਕ ਦਿਨ ਦਾ ਨਾਮ ਸਿਮਰਨ ਦਾ ਪ੍ਰੋਗਰਾਮ ਦੱਸ ਦੱਸ ਰਿਆਂ ਇਹ 30 ਮਿੰਟਾਂ ਦਾ ਪਰ ਸਿਮਰਨ ਦੇ ਸਮੇਂ ਨੂੰ ਹੌਲੀ-ਹੌਲੀ 1 ਘੰਟੇ ਤੱਕ ਵਧਾਉਣਾ ਹੈ ਇੱਕ ਦਿਨ ਦੋ ਵਾਰੀ ਸਿਮਰਨ ਕਰਨਾ ਹੈ ਸਿਮਰਨ ਨੂੰ ਜਿੰਨਾ ਜ਼ਿਆਦਾ ਦਿਓਗੇ ਓਨਾ ਹੀ ਜ਼ਿਆਦਾ ਲਾਭ ਹੋਏਗਾ ਤੁਸੀਂ ਛੇਤੀ ਆਪਣੀ ਮੰਜ਼ਿਲ ਤੇ ਅਪੜੋਗੇ ਜਦੋਂ ਤੁਸੀਂ ਸਿਮਰਨ ਵਿੱਚ ਬੈਠੋਗੇ ਤੁਹਾਡੀਆਂ ਜੋ ਅੰਦਰ ਦੀਆਂ ਭਾਵਨਾਵਾਂ ਨੇ ਉਹ ਵੀ ਨਾਲ ਜੁੜਨਗੇ ਵਾਹਿਗੁਰੂ ਤੁਹਾਨੂੰ ਸਫਲ ਕਰਨਗੇ ਤੇ ਸਿਮਰਨ ਅੱਜ ਤੋਂ ਸ਼ੁਰੂ ਕਰੋ। ਨਹਾਤ ਹੋ ਕੇ ਸਾਫ਼ ਕੱਪੜੇ ਪਾ ਕੇ ਸਾਫ਼ ਸਥਾਨ ਤੇ ਬੈਠ ਕੇ ਸ਼ਾਂਤਮਨਤ ਵਾਹਿਗੁਰੂ 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 ਹੌਲੀ-ਹੌਲੀ ਜਪੋ। ਕਿਸੇ ਕੰਮ ਨੂੰ ਸ਼ੁਰੂ ਕਰਨ ਲਈ ਗੁਰੂ ਦੀ ਲੋੜ ਹੁੰਦੀ ਹੈ। ਭਾਵੇਂ ਉਹ ਕੰਮ ਸੰਸਾਰਿਕ ਹੋਵੇ ਤੇ ਭਾਵੇਂ ਪਰਲੋਕੀ। ਸੰਸਾਰ ਦਾ ਕੰਮ ਤਾਂ ਗੁਰੂ ਬਿਨਾਂ ਸਿਰੇ ਲੱਗ ਹੀ ਨਹੀਂ ਸਕਦਾ। ਪਰ ਆਤਮਾ ਦੀ ਖੋਜ ਤੇ ਪ੍ਰਮਾਤਮਾ ਦਾ ਮਿਲਨ ਗੁਰੂ ਕਿਰਪਾ ਕ ਬਿਨਾਂ ਨਹੀਂ ਹੁੰਦਾ। ਇਸ ਲਈ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪੰਨੇ ਤੇ ਗੁਰਪ੍ਰਸਾਦ ਲਿਖਿਆ ਹੈ ਯਾਨੀ ਇਸ ਸਫਰ ਦੀ ਜੋ ਸਫਲਤਾ ਹੈ ਗੁਰੂ ਦੇ ਪ੍ਰਸਾਦ ਬਿਨਾਂ ਨਹੀਂ ਹੋਣੀ ਗੁਰੂਆਂ ਨੇ ਗੁਰਬਾਣੀ ਵਿੱਚ ਇਸ ਨੂੰ ਜ਼ਰੂਰਤ ਨੂੰ ਬਾਰ-ਬਾਰ ਦੁਹਰਾਇਆ ਕਿਉਂ ਕਿ ਇਸ ਰਾਤੇ ਬੜੇ ਪੁਲੇਕੇ ਹਨ ਤੇ ਖਤਰੇ ਹਨ ਰਾਤ ਤੁਸੀਂ ਵੇਖਿਆ ਨਹੀਂ ਗਲਤ ਰਾਤ ਤੁਹਾਨੂੰ ਠੀਕ ਲੱਗਣੀ ਤੁਸੀਂ ਇੰਨਾ ਰਾਤੇ ਫਿਰਦੇ ਫਿਰਦੇ ਜੀਵਨ ਗਵਾ ਦਿਓਗੇ ਜੇ ਠੀਕਰਾ ਮਿਲ ਵੀ ਗਿਆ ਤਾਂ ਰਾਤ ਇਕੱਤਰੇ ਤੁਹਾਨੂੰ ਬਰਬਾਦੀ ਦਾ ਕਾਰਨ ਬਣ ਸਕਦੇ ਹਨ ਏਦਾਂ ਸਮਝੋ ਜਦੋਂ ਕਿਸੇ ਸਮੁੰਦਰੀ ਜਹਾਜ਼ ਨੂੰ ਬੰਦਰਗਾਹ ਤੋਂ ਬਾਹਰ ਕੱਢਣਾ ਹੋਵੇ ਤਾਂ ਜਹਾਜ਼ ਦੇ ਕਪਤਾਨ ਨੂੰ ਸਥਾਨੀ ਕਪਤਾਨ ਦੀ ਲੋੜ ਹੁੰਦੀ ਹੈ ਉਹ ਜਾਣਦਾ ਕਿ ਕਿਸ ਥਾਂ ਦੇ ਪਾਣੀ ਕਿੰਨਾ ਡੂੰਘਾ ਹੈ ਜਾਂ ਕਿਸ ਥਾਂ ਦੇ ਪਾਣੀ ਵਿੱਚ ਛੁਪੀ ਚਟਾਨ ਹੈ ਜਾਂ ਪਾਣੀ ਦੀ ਲਹਿਰਾਂ ਕਿਸ ਥਾਂ ਤੇ ਛੁਪੀਆਂ ਜਿਆਦੀਆਂ ਆਉਂਦੀਆਂ ਨੇ ਕਿੰਨੀ ਤਾਕਤ ਹੈ ਇਹ ਸਥਾਨੀ ਕਪਤਾਨ ਆਪਣੀ ਕਿਸ਼ਤੀ ਵਿੱਚ ਜਹਾਜ਼ ਦੇ ਅੱਗੇ-ਅੱਗੇ ਜਾਂਦਾ ਹੈ ਜਹਾਜ਼ ਉਸੇ ਦੇ ਮਗਰ ਮਗਰ ਜੋ ਜੋ ਜਦੋਂ ਜਹਾਜ਼ ਖੁੱਲੇ ਪਾਣੀ ਵਿੱਚ ਪਹੁੰਚ ਜਾਂਦਾ ਹੈ ਕੋਈ ਖਤਰਾ ਨਹੀਂ ਰਹਿੰਦਾ ਤਾਂ ਹੀ ਪਾਇਲਟ ਉਸ ਨੂੰ ਕਲਿਆਂ ਸਫ਼ਰ ਤੇ ਤੋਰਦਾ ਏਦਾਂ ਹੀ ਧਰਮ ਦੀ ਯਾਤਰਾ ਤੇ ਜਾਣ ਲਈ ਸ਼ੁਰੂ-ਸ਼ੁਰੂ ਵਿੱਚ ਗੁਰੂ ਦੀ ਲੋੜ ਪੈਂਦੀ ਹੈ ਜਦੋਂ ਅਸੀਂ ਸ਼ਹਿਰ ਦੀਆਂ ਨਿੱਕੀਆਂ-ਨਿੱਕੀਆਂ ਗਲੀਆਂ ਤੇ ਪੇਚੀਦਾ ਸੜਕਾਂ ਵਿੱਚ ਹੁੰਨੇ ਆ ਤਾਂ ਸਾਨੂੰ ਕੋਈ ਰਾਹ ਨਹੀਂ ਮਿਲਦਾ ਸਾਡੇ ਗਲਤ-ਮਲਤ ਰਾਹ ਤੇ ਗਵਾਚਣ ਦਾ ਬੜਾ ਡਰ ਹੁੰਦਾ ਗੁਰੂ ਬਾਹ ਪਾੜ ਕੇ ਸਾਨੂੰ ਵੱਡੀ ਸੜਕ ਤੱਕ ਛੱਡ ਜਾਂਦਾ ਹੈ ਅਗੋਂ ਸੀ ਆਪੇ ਸਫਰ ਕਰ ਸਕਦੇ ਹੁਣ ਕੋਈ ਖਤਰਾ ਨਹੀਂ ਪਰ ਫਿਰ ਵੀ ਗੁਰੂ ਸਾਡੇ ਜਾਣੇ ਬਿਨਾ ਸਾਡੀ ਨਿਗਰਾਨੀ ਰੱਖਦੇ ਨੇ ਅਚਾਨਕ ਆਏ ਖਤਰਿਆਂ ਵਿੱਚ ਮਦਦ ਕਰਦੇ ਨੇ ਇਸ ਲਈ ਯਾਤਰਾ ਸ਼ੁਰੂ ਕਰ ਲਈ ਗੁਰੂ ਦੀ ਲੋੜ ਗੁਰੂ ਤੋਂ ਮਤਲਬ ਦੇਵਤਾਰੀ ਗੁਰੂ ਨਹੀਂ ਸਤਗੁਰ ਸੱਚਾ ਗੁਰੂ ਸਰੀਰ ਦੇ ਸਮੇਂ ਦੀ ਬੰਦਸ਼ ਤੋਂ ਆਜ਼ਾਦ ਹੁੰਦੇ ਨੇ ਉਸ ਨੂੰ ਸਾਡੀ ਅਗਵਾਈ ਕਰਨ ਲਈ ਸਰੀਰ ਦੀ ਲੋੜ ਨਹੀਂ ਹੁੰਦੀ ਉਹ ਬਿਨਾਂ ਸਰੀਰ ਦੇ ਵੀ ਸਾਡੇ ਨਾਲ ਹੈ ਇਦਾਂ ਇਸ ਮੇਦੀ ਕੈਤ ਤੋਂ ਵੀ ਪਰੇ ਗੁਰੂ ਨੂੰ ਸਰੀਰ ਛੱਡਿਆ ਕਿੰਨਾ ਸਮਾਂ ਹੋ ਗਿਆ ਇਹ ਸਵਾਲ ਬੇਅਰਥ ਹੈ ਭਾਵੇਂ ਸਰੀਰ ਛੱਡਿਆ 500 ਸਾਲ ਹੋ ਗਏ ਹੁਣ ਜਾਂ 5000 ਸਾਲ ਉਸ ਸਿੱਖ ਦੇ ਅੰਗ ਸੰਗ ਹੁੰਦੇ ਹਨ ਜਦੋਂ ਪਰਉਪਕਾਰ ਉਹ ਆਣ ਆਪਣਾ ਬੂਹਾ ਮਲਦੇ ਨੇ ਨਾ ਅਸੀਂ ਇੱਕ ਪੈਂਡਾ ਚੱਲੀਏ ਉਹ ਕੋਟ ਪੈਂਡਾ ਅੱਗੋਂ ਆ ਕੇ ਮਿਲਦੇ ਮੁਸ਼ਕਿਲ ਸਾਡੀ ਇਹ ਨਹੀਂ ਕਿ ਉਸ ਨੂੰ ਜੋ ਪੁਕਾਰੀਆਂ ਕਿਦਾਂ ਉਹ ਸਿਮਰਨ ਰਹੇ ਹੀ ਹੁੰਦੇ ਇਸ ਲਈ ਸਿਮਰਨ ਸ਼ੁਰੂ ਕਰਨ ਤੋਂ ਪਹਿਲਾਂ ਆਪਣੇ ਇਸ਼ਟ ਗੁਰੂ ਨੂੰ ਦਿਲ ਨਾਲ ਚੇਤੇ ਕਰੋ ਸਰਦਾ ਨਾਲ ਸਿਰ ਜਿਗਾਓ ਤੇ ਸਤਕਾਰ ਨਾਲ ਉਸ ਦੀ ਅਗਵਾਈ ਮੰਗੋ ਵਾਹਿਗੁਰੂ ਤੱਕ ਪਹੁੰਚਣ ਲਈ ਜਿਸ ਪੌੜੀ ਦੀ ਲੋੜ ਹੁੰਦੀ ਹੈ ਉਸ ਦੇ 7 ਡੰਡੇ ਹੁੰਦੇ ਹਨ ਸਾਰਿਆਂ ਨਾਲੋਂ ਹੇਠਲੀ ਪੌੜੀ ਤੇ ਮਨੁੱਖ ਖਲੋਤਾ ਉਸ ਤੋਂ ਥੱਲੇ ਪਸ਼ੂ ਪੰਛੀ ਪਹਾੜ ਆਧਨ ਇਹਨਾਂ ਨੂੰ ਜੂਣਾ ਭੋਗ ਕੇ ਮਨੁੱਖਾ ਜਨਮ ਲੈਂਦੇ ਉਵੈਗ੍ਰੁਤਕ ਪਹੁੰਚਣ ਵਾਲੀ ਪੌੜੀ ਤੇ ਖਲੋ ਸਕਣ ਇਸ ਲਈ ਗੁਰਬਾਣੀ ਵਿੱਚ ਸਮਝਾਇਆ ਗਿਆ ਕਿ ਮਨੁੱਖਾ ਜਨਮ ਐਵੇਂ ਨਾ ਗਵਾ ਆਤਮਗ੍ਰਹਾਤੇ ਤਿੰਨ ਪੌੜੀਆਂ ਸਰੀਰ ਵਿੱਚ ਰਹਿ ਕੇ ਚੜ੍ਹਨੀਆਂ ਪੈਂਦੀਆਂ ਹਨ ਕਿ ਤਿੰਨ ਬਿਨਾ ਸਰੀਰ ਦੇ ਸਰੀਰ ਦੀਆਂ ਤਿੰਨ ਪੌੜੀਆਂ ਚੜ੍ਹਨ ਦੇ ਬਾਅਦ ਚੌਥੀ ਪੌੜੀ ਅਸਰੀਰਿਕ ਹੁੰਦੀ ਹੈ ਇਹ ਅਸਰੀਰਿਕ ਦਸਾ ਦੀ ਪਹਿਲੀ ਪੌੜੀ ਇਸ ਪੜਾਤੇ ਵਾਸੀਆਂ ਨੂੰ ਦੇਵਤੇ ਕਹਿੰਦੇ ਹਨ ਦੇਤੇ ਦੋ ਪੌੜੀਆਂ ਹੋਰ ਉੱਪਰ ਚੜ ਕੇ ਛੇਵੀਂ ਪੌੜੀ ਤੇ ਪਹੁੰਚ ਜਾਂਦੇ ਨੇ ਇਸ ਪੌੜੀ ਤੇ ਮਹਾਨ ਆਨੰਦ ਹੁੰਦਾ ਤੇ ਇੱਥੇ ਆਪਣੇ ਸੰਤ ਗੁਰੂ ਆਨੰਦਮੀ ਅਵਸਥਾ ਨੂੰ ਛੱਡਣਾ ਨਹੀਂ ਚਾਹੁੰਦੇ ਕਈ ਆਨੰਦ ਕਰਕੇ ਨਹੀਂ ਪਰ ਹੋਰ ਕਾਰਨਾ ਕਰਕੇ ਇੱਥੇ ਰੁਕ ਜਾਂਦੇ ਨੇ ਉਹਨਾਂ ਦਾ ਪਿਆਰ ਇੰਨਾ ਵੱਡਾ ਹੁੰਦਾ ਹੈ ਕਿ ਮਨੁੱਖ ਦਾ ਦੇ ਭਲੇ ਲਈ ਉਹ ਕਦੀ ਵੀ ਮਨੁੱਖੀ ਜਾਮੇ ਵਿੱਚ ਆ ਜਾਂਦੇ ਹਨ ਇਸ ਤੋਂ ਅਗਲੀ ਪੌੜੀ ਸਤਵੀਂ ਪੌੜੀ ਤੇ ਅਪੜ ਕੇ ਮਨੁੱਖ ਆਪਣੀ ਕੋਈ ਹੋਂਦ ਨਹੀਂ ਰਹਿਂਦੀ ਕੋਈ ਇੱਛਾ ਨਹੀਂ ਰਹਿੰਦੀ ਬਲਕਿ ਆਪ ਹੀ ਰਹਿ ਜਾਂਦਾ ਪਰ ਛੇਵੀਂ ਪੌੜੀ ਤੇ ਖਲੋਤੇ ਸੰਤ ਗੁਰੂਆਂ ਮਹਾਤਮਾਵਾਂ ਦੀ ਆਪਣੀ ਅੱਡ ਹਸਤੀ ਬਣੀ ਰਹਿੰਦੀ ਹੈ ਇਹ ਸਮਝੋ ਕਿ ਬੂੰਦ ਸਾਗਰ ਵਿੱਚ ਤਾਂ ਜਾ ਕੇ ਰਹੀ ਪਰ ਹਾਲੇ ਸਾਗਰ ਵਿੱਚ ਇੱਕ ਮਿਕਣੀ ਹੋਈ ਉਹ ਬੁਲਬਲੇ ਵਾਂਗ ਸਾਗਰ ਨਾਲ ਜੁੜੀ ਵੀ ਹੋਈ ਹੈ ਤੇ ਸਾਗਰ ਤੋਂ ਅੱਡ ਵੀ ਹੈ ਇਸੇ ਪੌੜੀ ਤੇ ਖਲੋਤਾ ਮਨੁੱਖ ਆਪਸ ਜੋ ਵਾਪਸ ਸੰਸਾਰ ਵਿੱਚ ਆ ਸਕਦਾ ਹੈ ਇਸੇ ਕਰਕੇ ਕਈ ਮਨੁੱਖੀ ਜਾਮੇ ਵਿੱਚ ਆਉਂਦੇ ਜਾਂਦੇ ਰਹਿੰਦੇ ਆ ਇਸ ਲਈ ਪੋਸਟੀ ਹੈ ਗੁਰਗੋਬਿੰ ਸਿੰਘ ਜੀ ਆਪਣੇ ਸ਼ਬਦਾਂ ਵਿੱਚ ਕਰਦੇ ਨੇ ਉਹ ਕਹਿੰਦੇ ਹਨ ਕਿ ਮੈਂ ਵਾਹਿਗੁਰੂ ਦੇ ਧਿਆਨ ਵਿੱਚ ਲੀਨ ਸਾ ਤੇ ਮੇਰਾ ਚਿੱਤ ਸੰਸਾਰ ਵਿੱਚ ਔਨ ਨੂੰ ਨਹੀਂ ਸੀ ਕਰਦਾ ਪਰ ਵਾਹਿਗੁਰੂ ਦੇ ਹੁਕਮ ਅਨਸਾਰ ਉਹਨਾਂ ਨੂੰ ਇੱਥੇ ਆਉਣਾ ਪਿਆ ਉਹ ਕਹਿੰਦੇ ਦੂਸਰੇ ਜਿੱਦਾਂ ਮੈਂ ਹੁਣੇ ਕਿਹਾ ਸਾਨੂੰ ਸਿੱਖਿਆ ਗੁਰੂ ਦੇ ਵਿਚਾਰਾ ਰਾਹੀਂ ਮਿਲਦੀ ਹੈ ਸਰੀਰ ਨਾਲ ਨਹੀਂ ਸਰੀਰ ਤਾਂ ਗੁਰੂ ਦਾ ਵੀ ਸਾਡੇ ਵਰਗਾ ਹੀ ਹੈ ਪਰ ਉਸਦੀ ਆਤਮਾ ਜੋ ਹੈ ਜਾਗਰਤੀ ਸਾਡੇ ਵਾਂਗ ਨਹੀਂ ਅਸੀਂ ਵਾਹਿਗੁਰੂ ਨਾਲ ਟੁੱਟੇ ਹੁੰਦੇ ਆ ਤੇ ਗੁਰੂ ਵਾਹਿਗੁਰੂ ਨਾਲ ਜੁੜਿਆ ਹੁੰਦਾ ਗੁਰੂ ਆਪਣਾ ਅਨੁਭਵ ਸਾਨੂੰ ਸਰੀਰਾਂヒ ਤੇ ਬਿਨਾ ਸਰੀਰਾਂヒ ਵੀ ਪਹੁੰਚਾਉਂਦਾ ਮੰਨ ਲਓ ਗੁਰੂ ਵੀ ਸਰੀਰ ਵਿੱਚ ਹੈ ਤੇ ਤੁਸੀਂ ਵੀ ਇਸ ਅਵਸਥਾ ਵਿੱਚ ਗੁਰੂ ਆਪਣੇ ਵਿਚਾਰ ਮੂਹ ਰਾਂヒ ਪ੍ਰਗਟ ਕਰੇਗਾ ਤੇ ਅਸੀਂ ਕੰਨਾਂ ਰਾਹੀਂ ਸੁਣਾਂਗੇ ਜੀ ਗੁਰੂ ਦਾ ਸਰੀਰ ਨਹੀਂ ਪਰ ਸਾਡਾ ਹੈ ਤਾਂ ਆਪਣੇ ਵਿਚਾਰ ਮਨ ਰਾਹੀਂ ਪ੍ਰਗਟ ਕਰਨਗੇ ਅਸੀਂ ਸਰੀਰ ਜਾਂ ਮਨ ਰਾਹੀਂ ਜਾਣਿਆ ਤੇ ਸਮਝਾਂਗੇ ਜੇ ਗੁਰੂ ਵੀ ਬਿਨਾਂ ਸਰੀਰ ਤੇ ਹੈ ਤਾਂ ਅਸੀਂ ਵੀ ਤਾਂ ਸਾਡਾ ਆਪਸ ਵਿੱਚ ਮੇਲ ਮੰਡ ਰਹੀਂ ਹੋਵੇਗਾ ਚੌਥੀ ਤੇ ਪੰਜਵੀਂ ਪੌੜੀ ਤੇ ਖਲੋਤਾ ਅਸਰੀਰਿਕ ਭਗਤ ਛੇਵੀਂ ਪੌੜੀਆਂ ਵਾਲਿਆਂ ਕੋਲ ਐਦਾਂ ਹੀ ਮਾਰਗਦਰਸ਼ਕ ਲੈਂਦੇ ਨੇ ਅਸਲ ਚੀਜ਼ ਗਿਆਨ ਹੈ ਸਰੀਰ ਨਹੀਂ ਗਿਆਨ ਸ਼ਬਦਾਂ ਰਾਹੀਂ ਮਿਲਦਾ ਹੈ ਸਰੀਰ ਰਾਹੀਂ ਨਹੀਂ ਇਸ ਲਈ ਗੁਰੂ ਦਾ ਗਿਆਨ ਉਸ ਦੇ ਸ਼ਬਦ ਹਨ ਉਸ ਦੀ ਮੂਰਤ ਹੈ ਵਿਗਿਆਨੀ ਜੋ ਹੈ ਨਾ ਉਹ ਵਿਗਿਆਨਿਕ ਵੀ ਹੁਣ ਮੰਨਦੇ ਹਨ ਕਿ ਵਿਚਾਰ ਬਿਨਾ ਸਰੀਰਿਕ ਨੇੜਤਾ ਦੇ ਇੱਕ ਸ਼ਹਿਰ ਦੇ ਇੱਕ ਵਾਸੀ ਕੋਲ ਦੂਸਰੇ ਸ਼ਹਿਰ ਦੇ ਦੂਸਰੇ ਵਾਸੀ ਤੱਕ ਪਹੁੰਚ ਸਕਦੇ ਹਨ ਵਿਗਿਆਨ ਦੇ ਇਸ ਜੋ ਅੰਗ ਨੂੰ ਆਪਾਂ ਟੈਲੀਪੈਥੀ ਕਹਿੰਦੇ ਹਾਂ ਇਹ ਦੋ ਜਿਉਂਦੇ ਮਨੁੱਖਾਂ ਵਿਚਕਾਰ ਹੁੰਦਾ ਹੈ ਇਹ ਲੱਭਣ ਦਾ ਜਾਂਤਾ ਹੋ ਰਿਹਾ ਹੈ ਕਿ ਅਸੀਂ ਕਿਸੇ ਮਰੇ ਹੋਏ ਮਨੁੱਖ ਦੇ ਸ਼ਬਦ ਸੰਭਾਲ ਜਾ ਸੰਭਾਲੇ ਜਾ ਸਕਦੇ ਹਨ ਇਹ ਤਾਂ ਸਾਡੇ ਆਮ ਵਰਤੋਂ ਦੀ ਗੱਲ ਹੈ ਜੇ ਕਿਸੇ ਮਨੁੱਖ ਦੇ ਸ਼ਬਦ ਉਸ ਦੇ ਜਿਉਂਦਿਆਂ ਟੇਪ ਕਰ ਲਿੱਤੇ ਜਾਣ ਤਾਂ ਸ਼ਬਦ ਉਸ ਦੇ ਮਰਨ ਦੇ ਉਪਰੰਤ ਵੀ ਸਾਹਮਣੇ ਜਾ ਸਕਦੇ ਹਨ ਪਰ ਇਹ ਮਸ਼ੀਨੀ ਤਰੀਕਾ ਇਸ ਬਾਰੇ ਪ੍ਰਯੋਗ ਹੋ ਰਹੇ ਨੇ ਕਿ ਕਿਸੇ ਦੇ ਸ਼ਬਦ ਮਸ਼ੀਨੀ ਤਰੀਕੇ ਨਾਲ ਸੰਭਾਲੇ ਜਾ ਸਕਦੇ ਆ ਕਈ ਸਾਲਾਂ ਕਹੇ ਸ਼ਬਦ ਹਾਲੇ ਵੀ ਜਿਉਂਦੇ ਨੇ ਤੇ ਜਹ ਹਨ ਤਾਂ ਉਹਨਾਂ ਨੂੰ ਕਿਦਾਂ ਗ੍ਰਹਿਣ ਕੀਤਾ ਜਾ ਸਕਦਾ ਧਰਮ ਤਾਂ ਸ਼ੁਰੂ ਹੀ ਤੋਂ ਹੀ ਮੰਨਦੀ ਹੈ ਕਿ ਸੰਤ ਗੁਰੂਆਂ ਦੇ ਸ਼ਬਦ ਵਾਯੂ ਮੰਡਲ ਵਿੱਚ ਸੰਭਾਲੇ ਰਹਿੰਦੇ ਹਨ ਤੇ ਸਿਮਰਨ ਰਾਈ ਉਹਨਾਂ ਤੱਕ ਅਪੜ ਜਾਂਦੇ ਨੇ ਇਸ ਸਬੰਧ ਵਿੱਚ ਮਸ਼ਹੂਰ ਵਿਗਿਆਨੀ ਐਡੀਸਨ ਬਾਰੇ ਦੱਸਦੇ ਹਨ ਕਿ ਉਹਨਾਂ ਨੇ ਦੁਨਿਆਵ ਸਭ ਤੋਂ ਜ਼ਿਆਦਾ ਇਜ਼ਾਦਾ ਕੀਤੀਆਂ। ਉਹਨਾਂ ਕਿਹਾ ਕਿ ਲੋਕ ਹੀ ਹੱਸਣਗੇ ਪਰ ਸੱਚ ਗੱਲ ਇਹ ਹੈ ਕਿ ਮੈਨੂੰ ਗੁਜ਼ਰਗੇ ਵਿਗਿਆਨਕਾਂ ਦੀ راہਬਰੀ ਸੁਪਨੇ ਵਿੱਚ ਮਿਲਦੀ ਹੈ। ਜਦੋਂ ਮੈਂ ਮੁਸ਼ਕਲ ਵਿੱਚ ਹਾਂ ਤਾਂ ਮੈਂ ਉਹਨਾਂ ਵਿਗਿਆਨਕਾਂ ਨੂੰ ਪੁੱਛਦਾ ਤੇ ਉਹ ਮੈਨੂੰ ਸੁਪਨੇ ਵਿੱਚ ਜਾ ਵੇਲੇ ਬੈਠਿਆ ਰਾਹ ਦਿਖਾਉਂਦੇ ਹਨ। ਮੇਰੀ ਮੁਸ਼ਕਲ ਦਾ ਹਰ ਹੱਲ ਲੱਭ ਦਿੰਦੇ ਹਨ। ਮੈਂ ਬਹੁਤ ਸਾਰੇ ਮੁਸ਼ਕਲਾਂ ਇਜ਼ਾਦਾ ਇਹਨਾਂ ਦੇ ਮਾਰਗਦਰਸ਼ਕ ਨਾਲ ਕੀਤੀਆਂ। ਇਸ ਵਿਗਿਆਨੀ ਗੱਲ ਨੂੰ ਝੂਠ ਮੰਨਣ ਦਾ ਕੋਈ ਕਾਰਨ ਨਹੀਂ ਸਾਨੂੰ ਕਈ ਵਾਰ ਆਪਣੀ ਮੁਸ਼ਕਲਾਂ ਦਾ ਹੱਲ ਇਨ੍ਹਾਂ ਗੈਬੀ ਗੁਰੂਆਂ ਰਾਹੀਂ ਮਿਲਦਾ ਹੈ ਤੁਹਾਡਾ ਆਪਣਾ ਅਨੁਭਵ ਵੀ ਹੋਏਗਾ ਗੁਰੂ ਦਾ ਸਰੀਰ ਨਹੀਂ ਰਹਿੰਦਾ ਪਰ ਸ਼ਬਦ ਰਹਿੰਦੇ ਨੇ ਹੈਰਾਨੀ ਵਾਲੀ ਗੱਲ ਹੈ ਜਿ ਜਿਉਂਦੇ ਸਮੇਂ ਅਸੀਂ ਇਨ੍ਹਾਂ ਸਿਆਣੀਆਂ ਸ਼ਬਦਾਂ ਦੇ ਇਨ੍ਹਾਂ ਅਸਰ ਕਰਦੇ ਆ ਤੇ ਅਸਰੀਰਿਕ ਤੌਰ ਤੇ ਵੀ ਤਾਂ ਕਰਨਾ ਚਾਹੀਦਾ ਹੈ